ਪੰਜਾਬ ਦਾ ਮਾਹੌਲ ਉਹ ਖਰਾਬ ਕਰ ਰਹੇ ਨੇ ਜਿਹੜੇ ਝੂਠੇ ਪਰਚੇ ਪਾਉਂਦੇ ਨੇ, ਉਹ ਖਰਾਬ ਕਰ ਰਹੇ ਨੇ ਜਿਹੜੇ ਨਸ਼ੇ ਵਿੱਚ ਉਹਨਾਂ ਨੂੰ ਨੱਥ ਨਹੀਂ ਪਾਉਂਦੇ, ਉਹ ਖਰਾਬ ਕਰ ਰਹੇ ਨੇ ਜਿਹੜੇ ਅੰਮ੍ਰਿਤ ਸੰਚਾਰ ਦੀ ਮੁਹਿੰਮ ਨੂੰ ਡੱਕਣਾ ਚਾਹੁੰਦੇ ਨੇ, ਪੰਜਾਬ ਦਾ ਮਾਹੌਲ ਉਹ ਖਰਾਬ ਕਰ ਰਹੇ ਨੇ ਜਿਹੜੇ ਨੌਜਵਾਨੀ ਨੂੰ ਪੁਰਾਣੇ ਬੰਦੀ ਸਿੰਘ ਛੱਡਣ ਦੀ ਬਜਾਏ ਨਵਿਆਂ ਨੂੰ ਜੇਲ੍ਹਾਂ 'ਚ ਡੱਕਣ ਦੀ ਤਿਆਰੀ ਕਰੀ ਬੈਠੇ ਨੇ। ਪੰਜਾਬ ਦਾ ਮਾਹੌਲ ਉਹਨਾਂ ਖਰਾਬ ਕੀਤਾ। ਪੰਜਾਬ ਦਾ ਮਾਹੌਲ ਆ ਦੇਖੋ, ਇੱਥੇ ਤੁਹਾਨੂੰ ਲੱਗਦਾ ਵੀ ਕੋਈ ਨਸ਼ੇ ਕਰਨ ਵਾਲੇ ਤੁਰੇ ਫਿਰਦੇ ਨੇ, ਇੱਥੇ ਉਹ ਨੌਜਵਾਨ ਨੇ ਜਿਹੜੇ ਨਸ਼ਿਆਂ ਦੇ ਕੋਹੜ 'ਚੋਂ ਨਿਕਲਣਾ ਚਾਹੁੰਦੇ ਜਾਂ ਨਿਕਲ ਚੁੱਕੇ ਆ। ਇੰਨੀ ਨੌਜਵਾਨੀ ਅੰਮ੍ਰਿਤ ਸੰਚਾਰ ਵਧਿਆ ਕਿ ਨਹੀਂ ਵਧਿਆ, ਇਹ ਤੁਸੀਂ ਆਪ ਗਰਾਊਂਡ 'ਤੇ ਜਾ ਕੇ ਪਿੰਡਾਂ 'ਚ ਜਾ ਕੇ ਪਤਾ ਕਰੋ। ਇੱਥੇ ਇੱਕ ਪਿੰਡ ਹੈ ਅਜਨਾਲੇ 'ਚ, ਉਸ ਨਗਰ ਦੀ ਮੈਨੂੰ ਅੱਜ ਹੀ ਰਿਪੋਰਟ ਮਿਲੀ, ਇੱਕ ਪਿੰਡ 'ਚੋਂ 80 ਮੁੰਡੇ ਨਸ਼ੇ 'ਚ ਮਰ ਗਏ। ਇੱਕ ਪਿੰਡ ਦੇ ਵਿੱਚੋਂ 80 ਜਾਣਿਆਂ ਦੇ ਨਸ਼ੇ ਦੇ ਵਿੱਚ ਮੌਤ ਹੋ ਜਾਣੀ, ਇਹ ਕੋਈ ਛੋਟੇ ਮੋਟਾ ਵਰਤਾਰਾ ਥੋੜ੍ਹੀ ਆ। ਮੀਡੀਆ ਨੂੰ ਮੇਰੀ ਬੇਨਤੀ ਆ ਵੀ ਪੰਜਾਬ ਦੀ ਅਸਲ ਤਸਵੀਰ ਇਹਨਾਂ ਨੂੰ ਦਿਖਾਈ ਜਾਵੇ, ਇਹਨਾਂ ਨੂੰ ਦੱਸੋ ਵੀ ਇਹ ਮਾਹੌਲ ਕਿੰਨੇ ਵਿਗਾੜਿਆ, ਇਹ ਨਸ਼ੇ ਵਾਲਾ ਕੰਮ ਕਿੰਨੇ ਕੰਟਰੋਲ 'ਚ ਕਰਨਾ ਸੀ, ਪੁਲਿਸ ਦਾ ਕੰਮ ਕੀ ਹੈ, ਡਿਊਟੀ ਕੀ ਹੈ, ਇਹ ਸਾਰਾ ਅਸੀਂ ਦੱਸੀਆਂ ਹੁਣ ਇਹਨਾਂ ਨੂੰ ਜਾ ਕੇ। ਜੇ ਅਸੀਂ ਨਸ਼ਿਆਂ ਦੇ ਖਿਲਾਫ਼ ਮੁਹਿੰਮ ਤੋਰੀਏ, ਸਾਡੇ ਝੂਠੇ ਪਰਚੇ ਪਾਉਣ ਤੁਰ ਪਏ। ਸੋ ਮੇਰੇ ਖਿਆਲ ਦੇ ਨਾਲ ਜਿਹੜਾ ਕਾਰਜ ਹੈ ਉਹ ਆਪਣਾ ਕਰਨਗੇ, ਅਤੇ ਲੋਕਾਂ ਦੇ ਵਿੱਚ ਇਹਦਾ ਝੂਠ ਪ੍ਰਚਾਰ ਕਰਕੇ ਅੱਗੇ ਨਾ ਕਿਸੇ ਦਾ ਕੁਛ ਬਣਿਆ ਨਾ ਅਗਾਂਹ ਵੜਨਾ। ਉਹਨੂੰ ਕਹੋ ਵੀ ਸੁਪਰੀਮ ਕੋਰਟ ਨੇ ਕਿਹਾ ਵੀ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰਨੀ ਕੋਈ ਮਾੜੀ ਗੱਲ ਨਹੀਂ, ਅਤੇ ਇਸ ਇਹ ਕੰਸਟੀਟਿਊਸ਼ਨ ਪਾਰਟੀਆਂ ਲੜਦੀਆਂ ਨੇ ਖਾਲਿਸਤਾਨ ਦੇ ਉੱਤੇ, ਅਤੇ ਜੇ ਹਿੰਦੂ ਰਾਸ਼ਟਰ ਦੀ ਮੰਗ ਤਾਂ ਮਨਦੀਪ ਸਿੰਘ ਮਾਨਾ ਕਦੀ ਬੋਲਿਆ? ਸੋ ਮੇਰੇ ਲਾਗੇ ਮੈਨੂੰ ਪਤਾ ਨਹੀਂ ਕਿ ਬੰਦਾ ਕੌਣ ਹੈ ਐਗਜੈਕਟਲੀ, ਇਹੋ ਜਿਹੇ ਬੰਦਿਆਂ ਦਾ ਨਾਂ ਨਾ ਲੈ ਕੇ ਜਾਣਾ। ਅਤੇ ਉਹਨਾਂ ਕਹਾ ਵੀ ਹੁਣ ਤੂੰ ਫਿਰ ਇੱਦਾਂ ਜਦੋਂ ਬਾਰਡਰ ਤੋਂ ਨਹਿਰ 'ਚ ਛਾਲ ਮਾਰ ਦਿਓ, ਜਿਹੜਾ ਦਰਿਆ ਆਉਂਦਾ ਜਾਂ ਸਮੁੰਦਰ ਆਉਂਦਾ, ਕੋਈ ਹਰ ਚੀਜ਼ ਮੁੱਕਦੀ ਹੁੰਦੀ ਹੈ, ਕੋਈ ਚੀਜ਼ ਹੈਗੀ, ਕੋਈ ਮੁਲਕ ਹੈ ਜਿਹੜਾ ਮੁੱਕਦਾ ਨਹੀਂ ਕਿਸੇ ਪਾਸੇ? ਨਸ਼ੇ ਨੂੰ ਲੈ ਕੇ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ? ਨਸ਼ੇ ਛੱਡਣ ਦੀ ਨੌਜਵਾਨਾਂ ਨੂੰ ਅਪੀਲ ਹੈ, ਨਸ਼ੇ ਛੱਡ ਕੇ ਗੁਰੂ ਦੇ ਲੇਖੇ ਲੱਗੀਏ, ਪੰਥ ਦੇ ਲੇਖੇ ਲੱਗੀਏ, ਅੰਮ੍ਰਿਤ ਛਕੀਏ। ਨਸ਼ਾ ਵੇਚਣ ਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਮੈਂ ਤਾਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਦੇਖੋ, ਰਹਿਮ ਕਰੋ ਲੋਕਾਂ ਦੇ ਪੁੱਤਰਾਂ 'ਤੇ, ਜੇ ਤੁਹਾਡਾ ਕੋਈ ਕਾਰੋਬਾਰ ਹੈ, ਕੋਈ ਹੋਰ ਕਾਰੋਬਾਰ ਕਰ ਲਓ, ਕੋਈ ਇਹੋ ਜਿਹਾ ਕਾਰੋਬਾਰ ਜਿਹਨਾਂ ਨੌਜਵਾਨੀ ਮਰਦੀ ਹੋਵੇ ਨਹੀਂ ਕਰਨਾ ਚਾਹੀਦਾ। ਵਾਰਨਿੰਗ ਵੀ, ਅਪੀਲ ਵੀ। ਬਿਲਕੁਲ ਜੀ, ਨਵਨੀਤ ਬਿੱਟੂ ਦੇਖੋ, ਉਹਦੀ ਆਦਤ ਪਤਾ ਕੀ ਹੈ? ਉਹਦੀ ਆਦਤ ਹੈ ਵੀ ਇਹੋ ਜਿਹੇ ਬਿਆਨ ਦੇ ਕੇ ਅਤੇ ਹੋਸ਼ਾਪਣ ਕਰਕੇ ਅਤੇ ਅਟੈਂਸ਼ਨ ਚਾਹੁੰਦਾ, ਅਤੇ ਜੇ ਮੀਡੀਆ ਨੂੰ ਟੈਂਸ਼ਨ ਦੇਣੀ ਬੰਦ ਕਰ ਦੂਗਾ ਤਾਂ ਸਾਰਾ ਕੁਝ ਠੀਕ ਹੋ ਜਾਣਾ। ਅੰਮ੍ਰਿਤਧਾਰੀ ਸਿੱਖਾਂ 'ਤੇ ਇਹ ਇਲਜ਼ਾਮ ਲਾਉਣਾ, ਉਹਨਾਂ ਨੂੰ ਕਹੋ ਵੀ ਅਸੀਂ ਭਾਈ ਸਰਕਾਰਾਂ ਦੇ ਟੁੱਕੜ ਬੋਝ ਨਹੀਂ ਹੈਗੇ ਜਿਹੜੇ ਕੰਮ ਕਰੀਏ, ਇੱਥੇ ਆਣ ਕੇ ਨੌਜਵਾਨ ਅੰਮ੍ਰਿਤਧਾਰੀ ਹੋ ਗਏ, ਅੰਮ੍ਰਿਤਧਾਰੀ ਸਿੱਖਾਂ 'ਤੇ ਨਸ਼ੇ ਕਰਨ ਦਾ ਇਲਜ਼ਾਮ ਲਾਉਣਾ ਕੋਈ ਚੰਗੀ ਗੱਲ ਹੈ? ਸੋ ਮੈਨੂੰ ਐਂ ਲੱਗਦਾ ਵੀ ਤੁਹਾਨੂੰ ਆਪ ਜਵਾਬ ਦੇਣਾ ਚਾਹੀਦਾ, ਮੀਡੀਆ ਨੂੰ ਆਪ ਉਹਨੀਆਂ ਗੱਲਾਂ 'ਚ ਵੀ ਕੋਈ ਸੀਰੀਅਸ ਇਲਜ਼ਾਮ ਕੋਈ ਹੁੰਦਾ, ਨੌਨ ਸੀਰੀਅਸ ਗੱਲਾਂ ਕਰਨੀਆਂ ਵੀ ਨੌਜਵਾਨਾਂ ਨੂੰ ਨਸ਼ੇ ਕਰਕੇ ਘਰੋਂ ਤੋਰਦੇ ਆ, ਇਹ ਬੇਵਕੂਫ ਵਾਲੇ ਇਲਜ਼ਾਮ ਨੇ, ਇਹ ਤੋਂ ਬਚਣਾ ਚਾਹੀਦਾ। ਨਸ਼ੇ ਦੇ ਮੁੱਦੇ ਦੇਖੋ, ਉਹਨਾਂ ਨੇ ਆਪਣੇ ਕਾਰਜ ਕਰਨੇ ਸੀ ਜਿਹੜੇ ਨਹੀਂ ਕੀਤੇ, ਲੋਕਾਂ ਦੀ ਉਹਨਾਂ ਦੀ ਸਰਕਾਰਾਂ ਸਾਰਿਆਂ ਦੀਆਂ ਰਹਿ ਕੇ ਚੱਲ ਗਈਆਂ, ਜਿਹੜੇ ਮੁੱਦੇ ਉਹ ਕਹਿੰਦੇ ਸੀ ਹੱਲ ਨਹੀਂ ਕੀਤੇ, ਅੱਜ ਤਾਂਹੀਓ ਸੱਤਾ 'ਚੋਂ ਬਾਹਰ ਹੋ ਗਏ, ਜਿਹੜੀ ਮੌਜੂਦਾ ਸਰਕਾਰ ਹੈ ਉਹ ਵੀ ਇਹੋ ਕੰਮ ਕਰ ਰਹੀ ਜਿਹੜਾ ਪਹਿਲਾਂ ਨੇ ਕੀਤਾ। ਸੋ ਇਸ ਤਰੀਕੇ ਦੇ ਨਾਲ ਇਹਨਾਂ ਦੀ ਆਪਣੀ ਜਦੋਂ ਹੋਂਦ ਕੋਈ ਕੰਮ ਨਾ ਕੀਤਾ ਹੋਵੇ ਅਤੇ ਕਿਸੇ 'ਤੇ ਇਲਜ਼ਾਮਬਾਜ਼ੀ ਕਰਕੇ ਇਹਨਾਂ ਨੂੰ ਲੱਗਦਾ ਵੀ ਸਾਡਾ ਛੁਟਕਾਰਾ ਇੱਦਾਂ ਨਹੀਂ ਹੁੰਦਾ, ਇਹਨਾਂ ਨੇ ਜਿਹੜੇ ਅਕਾਲ ਤਖ਼ਤ ਢਾਉਣ ਵਾਲੇ ਪਾਰਟੀਆਂ ਨੇ ਉਹ ਤਾਂ ਬਿਆਨਬਾਜ਼ੀ ਕਰਨ, ਕੋਈ ਗੁਰੂ ਦੀ ਬੇਅਦਬੀ ਕਰਾਉਣ 'ਚ ਸ਼ਾਮਿਲ ਹੈ, ਕੋਈ ਚਿੱਟਾ ਪਕਾਉਣ 'ਚ ਸ਼ਾਮਿਲ ਹੈ, ਇਹ ਸਾਰੇ ਬੰਦੇ ਉਹ ਬਿਆਨਬਾਜ਼ੀ ਕਰ ਰਹੇ ਨੇ ਜਿਨ੍ਹਾਂ ਦਾ ਨਿੱਜੀ ਜੀਵਨ ਇੱਦਾਂ ਦਾ। ਸੋ ਇਹਨਾਂ ਦੇ ਬਿਆਨਬਾਜ਼ੀ ਦੀ ਬਹੁਤੀ ਸੰਗਤਾਂ 'ਤੇ ਨਾ ਅਸਰ ਹੁੰਦਾ, ਨਾ ਇਹਨਾਂ ਦੇ ਪਿੱਛੇ ਕੋਈ ਤੁਰਦਾ। ਪਰ ਤੁਹਾਡੇ ਤਾਂ ਨਿੱਜੀ, ਮੇਰੀ ਗੱਲ ਸੁਣੋ, ਜਿਹੜੇ ਗੱਡੀ ਦੇ ਨਾਂ 'ਤੇ ਸਾਡੀ ਗੱਡੀ ਹੈ, ਸੰਗਤ ਨੇ ਭੇਟ ਕੀਤੀ, ਜਿਹਨੇ ਕੀਤੀ ਉਹ ਮੀਡੀਆ 'ਚ ਮੈਂ ਦੱਸ ਚੁੱਕਾ ਕਿਹਨੇ ਕੀਤੀ ਹੈ। ਸੋ ਐਵੇਂ ਬਿਨਾਂ ਗੱਲ ਤੋਂ ਇਸ਼ੂ ਬਣਾਉਣਾ, ਕਿਹਨੇ ਕਿਹਦੇ ਕੋਲੋਂ ਖਰੀਦੀ ਆ ਉਹਨਾਂ ਨੂੰ ਜਾ ਕੇ ਪੁੱਛ ਲਓ, ਉਹਨਾਂ ਦਾ ਭੂਰੇ ਕੋਨੇ ਪਿੰਡ ਹੈ, ਉਹਨਾਂ ਦੇ ਪਰਿਵਾਰ ਨੂੰ ਪੁੱਛ ਲਓ ਵੀ ਉਹਨਾਂ ਨੇ ਕਿਹਦੇ ਕੋਲੋਂ ਖਰੀਦੀ, ਉਹਨਾਂ ਕੋਲ NOC ਹੈਗੀ ਕਿ ਨਹੀਂ ਹੈਗੀ, ਸਾਰਾ ਕੁਝ ਹੈ। ਹੁਣ ਗੱਡੀਆਂ ਦੇਖੋ, ਇੱਕ ਪਾਸੇ ਬੀਜੇਪੀ ਵਾਲੇ ਬੰਦੇ ਮੇਰੇ ਖਿਲਾਫ਼ ਵੀ ਆਉਂਦੇ ਜੀ, ਦੂਜੇ ਪਾਸੇ ਮੈਨੂੰ ਕਹਿੰਦੇ ਮੈਂ ਬੀਜੇਪੀ ਵਾਲਿਆਂ ਨੂੰ ਗੱਡੀ ਦੇ ਦਿੱਤੀ ਹੈ, ਜਾਂ ਤਾਂ ਗੱਡੀ ਦੇ ਦੇਣ ਅਤੇ ਫਿਰ ਤਾਂ ਕੋਈ ਤੁੱਕ ਬਣੇ, ਇਹ ਤਾਂ ਗੱਡੀ ਸੰਗਤ ਨੇ ਲਈ ਹੈ, ਜਿਹੜੇ ਸਿੱਖ ਨੇ ਸੇਵਾ ਕੀਤੀ ਹੈ ਤੁਸੀਂ ਵਰਤੋ, ਨਾ ਜਥੇਬੰਦੀ ਦੇ ਨਾਂ 'ਤੇ ਕਰਾਈ ਹੈ ਗੱਡੀ, ਨਾ ਲੈਣਾ ਨਾ ਦੇਣਾ, ਅਤੇ ਜੇ ਇੱਦਾਂ ਦੀ ਕੋਈ ਸਾਜਿਸ਼ ਹੁੰਦੀ ਤਾਂ ਫਿਰ ਆਪਾਂ ਉਹ ਨੰਬਰ ਲਾ ਕੇ ਘੁੰਮਦੇ ਫਿਰਦੇ ਪੰਜਾਬ ਦੇ ਵਿੱਚ। ਉਹ ਬਿਆਨ ਮੇਰੇ ਖਿਆਲ ਨਾਲ ਨਿਬੜ ਗਿਆ। ਮੈਂ ਇਹ ਗੱਲ ਕਹੀ ਹੈ ਵੀ ਬੰਦੇ ਦਾ ਪਾਸਪੋਰਟ ਮਹਾਤਮਾ ਗਾਂਧੀ ਦੇ ਕੋਲ ਬ੍ਰਿਟਿਸ਼ ਇੰਡੀਆ ਦਾ ਪਾਸਪੋਰਟ ਸੀ, ਹੁਣ ਤੁਸੀਂ ਦੱਸੋ ਵੀ ਮਹਾਤਮਾ ਗਾਂਧੀ ਅੰਗਰੇਜ਼ ਸੀ? ਨਹੀਂ ਸੀ ਨਾ। ਅਤੇ ਇਸ ਕਰਕੇ ਦੁਨੀਆ ਦੇ ਉੱਤੇ ਕੋਈ ਵੀ ਜਦੋਂ ਆਜ਼ਾਦੀ ਦਾ ਸੰਘਰਸ਼ ਚੱਲਦਾ ਹੈ, ਨਹਿਰੂ ਦੇ ਕੋਲ ਪਾਸਪੋਰਟ ਸੀ, ਜਨਾਹ ਦੇ ਕੋਲ ਪਾਸਪੋਰਟ ਸੀ, ਸਾਰਿਆਂ ਦੇ ਕੋਲ UK ਜਾਂਦੇ ਸੀ, ਉਹਨਾਂ ਦੇ ਇਸ ਕਾਲਜ ਦੇ ਲਾਅ ਡਿਗਰੀਆਂ ਸੀ, ਜਿਹੜੇ ਬ੍ਰਿਟਿਸ਼ ਇੰਡੀਆ ਦੇ ਕੋਰਟ ਸੀ ਉਹਨਾਂ 'ਚ ਪ੍ਰੈਕਟਿਸ ਕਰਦੇ ਸੀ ਲੋਇਰ ਦੀ। ਸੋ ਮੈਨੂੰ ਇਹ ਲੱਗਦਾ ਭਗਤ ਸਿੰਘ ਹੋਣਾ ਦੇ ਸਕੂਲ ਦੇ ਸਰਟੀਫਿਕੇਟਾਂ ਦੇ ਬ੍ਰਿਟਿਸ਼ ਇੰਡੀਆ ਦੇ ਅੰਡਰ ਸਕੂਲ ਸੀ ਸਾਰੇ ਉਹ ਮੌਕੇ ਦੇ ਉੱਤੇ। ਸੋ ਜਦੋਂ ਪਾਵਰ ਕਿਸੇ ਹੋਰ ਕੋ ਹੁੰਦੀ ਹੈ ਉਹਦੇ ਤੰਤਰ ਦੇ ਅਧੀਨ, ਜ਼ਰੂਰੀ ਤਾਂ ਨਹੀਂ ਨਾ ਵੀ ਅਸੀਂ ਉਹਨੂੰ ਆਪਣੇ ਤੰਤਰ ਦਾ ਆਪਣੇ ਆਪ ਨੂੰ ਉਹਦਾ ਹਿੱਸਾ ਮੰਨੀਏ, ਮਜਬੂਰੀ ਵਾਸਤੇ ਹੋ ਸਕਦਾ ਕੋਈ ਕਹੇ ਪਾਸਪੋਰਟ ਅਸੀਂ ਟਰੈਵਲ ਡਾਕੂਮੈਂਟ ਟਰੈਵਲ ਤਾਂ ਕਰਨਾ ਹੀ ਹੈ। ਸੋ ਇਸ ਕਰਕੇ ਇਹ ਇਸ਼ੂ ਬਣਾਉਣਾ ਹੀ ਇਹ ਬੜਾ ਨੌਨਸੈਂਸ ਜਿਹਾ ਇਸ਼ੂ ਹੈ। ਕੱਲ੍ਹ ਨੂੰ ਕੋਈ ਕਰਤਾਰ ਸਿੰਘ ਸਰਾਭੇ ਨੂੰ ਕਹੂਗਾ ਵੀ ਉਹ ਕਿਹੜੇ ਪਾਸਪੋਰਟ 'ਤੇ ਅਮਰੀਕਾ ਗਿਆ ਸੀ?
सो वो छड़ के कहते चंडीगढ़ तुहानू दवांगे हुण दसो चंडीगढ़ पंजाब दे पिंड उजाड़ के बणिया है वो पंजाब नू क्यों नहीं दिता फिर पंजाबी बोलदे इलाके हरियाणे दे हिमाचल दे विच क्यों पाए गए सो इस करके ये गल्लां करनियां इन्हां नू सोभदियां नहीं इन्होंने पंजाब नाल जिन्हें धक्के कीते जे किसी का इंटैगरल पार्ट होवे तो वह अपने पार्ट का पानी लुटता है किहू अपना मन के तुहाडा पानी लुटीए तुहाडी जमीन खराब कर दीए तुहाडी नौजवानी नू मारीए ये पंजाब की धरती चाहुंदे कि पंजाब के लोगों भी चाहुंदे उन्होंने कहो भी तू सीएम की कोठी छड़ के पीएम की कोठी का घराव कर ला सारे ने इस गल का की लेना देना है जो को बंदा ये अपसैट हो जाए जो को बंदे नू होर को ख्याल ही ना आए सुपने किसी बंदे दे आउण लग पैण तो मैं लगता भी वो जवाब देंगे आप चंगे लगते हैं उन्होंने को मुद्दे की है पंजाब का अगे जाड़ा उन्होंने परिवार ने किया हूँ रहा खुंजा इन्हें दरदा पेशी करिए पंजाब के नौजवान जागे एडे बेवकूफ नहीं है भी तुहाडे पिछे लगन गए अगली बार तुहाडा मतलब जिहड़ियां जिहड़ियां तुसीं वोटां वोटां च खड़ के भुलेखे नज जांदे भी लोगों को पता लग गया भी तुसीं किस करतूत दे मालक जो समस्या सब तो वड्डी समस्या नशे की है दूसरी समस्या सब तो वड्डी इत्थे पंजाब च अपने विचरदे जिहड़े लोगों की थाणियां च कोई सुनवाई नहीं हुंदी उन्हां दे घरां घरेलू केस या मसले है कोई किसी की जमीन दबी बैठा कोई किसी की सो बहुत समस्यावान नवें जिहड़ियां पिंड दे लोग दस रहे हैं पर नशा सब तो वड्डी समस्या बन चुका है असी नौजवानों दी कमेटियां पिंडों पिंड बना रहे हैं और नशे के खिलाफ एक वड्डी मुहिम छेड़ी जाऊगी भविख दे विच जिहदा सिर्फ मकसद यह होगा भी नौजवानों नू अमृत छकाउणा ते नशे छडाउणे गुरु सच्चे पातशाह ने मंगे ने असी उन्हां दा हुक्म ना हो जाइए गुरु ने आख्या भी सी जो तो प्रेम खेलन का चाहो सिर धर तली गली मेरी आओ हुण तुसीं दसो भी गुरु दा हुक्म वजाउणा चाहिए कि नहीं वजाउणा चाहिए सवेरे शाम बाणी पढ़ते हैं सवेरे शाम सतगुरु का नाँ लैंदे हैं तो सतगुरु का हुक्म वजाउण लगे सानू की हो जाता है सिर मैं मंगे हुण तो मेरे ते इल्जाम लाओ इत्थे ते खून जदों सुभाष चंद्र बोस ने कहा भी मैनू खून दा मैं आजादी दूंगा मैं तो आप फिर नहीं मंगण डिया मैं तो फिर यो कि इन्हां नौजवानों भी नौजवानों सीस गुरु ने मंगे गुरु नूं देने पैणे गुरु नूं सीस दित्ते बिना साडा गुजारा नहीं इहदे च गलत गल की है ਕਿਹੜਾ ਇੱਕ ਸਪੀਚ ਦਾ ਕੋਈ ਸ਼ਬਦ ਕੱਢ ਕੇ ਵਿਖਾਓ ਵੀ ਜਿਹੜਾ ਪਾੜ ਪੈਣ ਵਾਲੀ ਗੱਲ ਹੈ ਲੀਡਰਾਂ ਨੇ ਤੇ ਆਪ ਪਾੜ ਪਾਉਣਾ ਹੁੰਦਾ ਇੱਥੇ ਪੰਜਾਬ 'ਚ ਹਿੰਦੂ ਵੀ ਨੌਜਵਾਨ ਇੱਥੇ ਆਏ ਹੋਣੇ ਆ ਤੁਸੀਂ ਆਪ ਪਤਾ ਕਰ ਲਿਓ ਸੰਗਤ ਦੇ ਵਿੱਚ ਉਹਨਾਂ ਨੂੰ ਕੋਈ ਪਾੜ ਪੈਂਦਾ ਨਜ਼ਰ ਨਹੀਂ ਆ ਰਿਹਾ ਪੰਜਾਬ ਦਾ ਮਸਲਾ ਹੈ ਪੰਜਾਬ ਤੇ ਦਿੱਲੀ ਦੀ ਲੜਾਈ ਹੈ ਹਿੰਦੂ ਸਿੱਖ ਦਾ ਪਾੜ ਕਿਵੇਂ ਪੈ ਜੂ ਪੰਜਾਬ ਦਾ ਹਿੰਦੂ ਨਹੀਂ ਚਾਹੁੰਦਾ ਪੰਜਾਬ ਦਾ ਭਲਾ ਹੋਵੇ ਚਾਹੁੰਦਾ ਹੀ ਹੈ ਨਾ ਤੇ ਜੇ ਚਾਹੁੰਦਾ ਵਾ ਤੇ ਪੰਜਾਬ 'ਚ ਸਿੱਖ ਹਿੰਦੂ ਦਾ ਮਸਲਾ ਕਿਵੇਂ ਬਣੂਗਾ ਅਸੀਂ ਰਾਜ ਮਹਾਰਾਜ ਰਣਜੀਤ ਸਿੰਘ ਇਕੱਠਿਆਂ ਕੀਤਾ ਹੈ ਇਕੱਠਿਆਂ ਰਾਜ ਮਾਣਿਆ ਹੈ ਅਤੇ ਇਹ ਦਿੱਲੀ ਸਾਨੂੰ ਇਹ ਤੈਅ ਕਰੂਗੀ ਦਿੱਲੀ ਦੇ ਬਹਿਕਾਵੇ 'ਚ ਆ ਕੇ ਨਾ ਤਾਂ ਕਿਸੇ ਸਿੱਖ ਨੂੰ ਕਈ ਸਿੱਖ ਵੀ ਇਹੋ ਜਿਹੇ ਭੇਖਾਧਾਰੀ ਸਿੱਖ ਨੇ ਜਿਹੜੇ ਭੇਸ ਦੇ ਰੂਪ 'ਚ ਸਿੱਖ ਨਜ਼ਰ ਆਉਂਦੇ ਨੇ ਪਰ ਦਿੱਲੀ ਦੇ ਹੱਕ 'ਚ ਖੜ੍ਹਦੇ ਨੇ ਅਤੇ ਕਈ ਹਿੰਦੂਆਂ 'ਚ ਵੀ ਹੋਣਗੇ ਉਹ ਸਾਰੇ ਹੁੰਦੇ ਆ ਪਰ ਜਿਹੜੀ ਬਹੁਤੀ ਆਬਾਦੀ ਕੌਮ ਦੀ ਸਿੱਖਾਂ ਦੀ ਅਤੇ ਹਿੰਦੂਆਂ ਦੀ ਆ ਉਹ ਪੰਜਾਬ ਦੇ ਹੱਕਾਂ 'ਚ ਖੜੂਗੀ ਪੰਜਾਬ ਦੇ ਪਾਣੀਆਂ ਪੰਜਾਬ ਦੇ ਹੱਕਾਂ ਵਾਸਤੇ ਸੰਘਰਸ਼ ਕਰੂ ਦੇਖੋ ਸੰਗਤਾਂ ਇੱਥੇ ਸ਼ਹੀਦੀ ਸਮਾਗਮ ਨੇ ਉੱਥੇ ਹਾਜ਼ਰੀ ਭਰ ਰਹੇ ਹਾਂ ਅਤੇ ਨੌਜਵਾਨੀ ਦੀ ਨਬਜ਼ ਤੁਹਾਨੂੰ ਵੇਖਣ 'ਚ ਪਤਾ ਲੱਗਣੀ ਚਾਹੀਦੀ ਹੈ ਜੇ ਇਹ ਮੀਡੀਆ ਇਹ ਗੱਲ ਆਪ ਦੱਸੇ ਸਾਨੂੰ ਪੁੱਛਣ ਤੋਂ ਬਿਨਾਂ ਤਾਂ ਚੰਗੀ ਗੱਲ ਹੈ ਮੈਨੂੰ ਲੱਗਦਾ ਵੀ ਨੌਜਵਾਨੀ ਦੀ ਕੀ ਰੌਂ ਹੈ ਜੇ ਸਾਨੂੰ ਅਸੀਂ ਤਾਂ ਕਹਾਂਗੇ ਨੌਜਵਾਨੀ ਸਾਡੇ ਨਾਲ ਹੈ ਪਰ ਤੁਸੀਂ ਦਿਖਾਉਣੀ ਹੈ ਸੰਸਾਰ ਦੇ ਵਿੱਚ ਵੀ ਨੌਜਵਾਨੀ ਦਾ ਰੌਂ ਕੀ ਹੈ ਮਨ ਦੇ ਬਲਵਰੇ ਨੌਜਵਾਨ ਤਾਂ ਇਹੋ ਹੀ ਵੀ ਨੌਜਵਾਨ ਨੇ ਹੋਰ ਜ਼ੁਲਮ ਨਹੀਂ ਸਹਿਣਾ ਅਤੇ ਹਕੂਮਤਾਂ ਨੂੰ ਚਾਹੀਦਾ ਹੈ ਵੀ ਸ਼ਾਂਤਮਈ ਤਰੀਕੇ ਨਾਲ ਸਿੱਖਾਂ ਦੇ ਹੱਕ ਦਿੱਤੇ ਜਾਣ ਦੇਖੋ ਉਹਨਾਂ ਨੇ ਨਾ ਇੱਕ ਤਰੀਕਾਕਾਰ ਅਪਣਾਇਆ ਪੰਜਾਬ ਦੇ ਹੱਕਾਂ ਦੀ ਕੋਈ ਗੱਲ ਕਰੇ ਉਹਨੂੰ ਆਈਸਾਈ ਨਾਲ ਜੋੜ ਦਿਉ ਉਹਨੂੰ ਪਾਕਿਸਤਾਨ ਨਾਲ ਜੋੜ ਦਿਉ ਪਾਕਿਸਤਾਨ 'ਚ ਹਾਲਾਤ ਅੱਗੇ ਇਹੋ ਜਿਹੇ ਖਰਾਬ ਨੇ ਉਹਨਾਂ ਦੀ ਆਪਣੀਆਂ ਮੁਸ਼ਕਲਾਂ ਚੱਲ ਰਹੀਆਂ ਨੇ ਸੋ ਇਹਨਾਂ ਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਇੱਥੇ ਵੀ ਇੱਥੇ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ ਜੇ ਸਿੱਖਾਂ ਦੇ ਹਕੀਕ ਹੱਕ ਨਾ ਦੱਬਣ ਅਤੇ ਨਾ ਕੋਈ ਕਿਸੇ ਨੂੰ ਗੱਲ ਕਰੇ ਨਾ ਕੋਈ ਮੋਹਰੇ ਐਲਾਨਣ ਦੀ ਗੱਲ ਹੋਵੇ ਇਹ ਆਪਣੇ ਸਿੱਖਾਂ ਦੇ ਹੱਕ ਦੇ ਦੇਣ ਬੰਦੀ ਸਿੰਘ ਰਿਹਾ ਕਰ ਦੇਣ ਸਿੱਖਾਂ ਦਾ ਪਾਣੀ ਨਾ ਲੁੱਟਣ ਸਿੱਖਾਂ ਨੂੰ ਆਜ਼ਾਦੀ ਦੇਣ ਸਾਨੂੰ ਕੀ ਲੋੜ ਹੈ ਸਾਨੂੰ ਕੋਈ ਲੋੜ ਹੈ ਵੀ ਨੌਜਵਾਨਾਂ ਨੂੰ ਇਹ ਚਾਹਤ ਨਹੀਂ ਹੁੰਦਾ ਕਿਸੇ ਨੂੰ ਵੀ ਆਪਣੇ ਘਰ ਬਾਹਰ ਛੱਡ ਕੇ ਅਸੀਂ ਸੜਕਾਂ ਤੁਰੇ ਫਿਰੀਏ।